could happen then. नकली घुबाड़े रखे साहब राम साहब आयो आयो राजा साहब तो मैं सुना दे गल गौर कर लोड़न कह रहे हैं बेटा जो कह रही तुम कह दी लोड़ नहीं है अच्छा तेरा तेरा रूटीन बैठे या 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 नहीं नहीं मेरे हाथ पैर सौंदे आ ओए तू है कौन है बड़ा बहनोई मेरा हो जब बहनोई होता ना मैं अपनी बहन को खुद कत्ल कर देती अच्छा जी हां जानू डिगी पर बोला क्यों नहीं है जानू डिगी दस ले आ पाजी ड्रामे वाली या चप्पा सोने कपड़े भी पौनी है आप भी सोनी है सोने कपड़े भी पौनी है सही सही दस दिहाड़ी कि निकलोनी आ भी सोनी है सोने कपड़े भी पानी आ जेदिया तेरी भैनो तो घट ही नानी आ भी सोनी है सोने कपड़े भी पानी है ओ मेरी भैन नु ते गर्मी है दस तू क्यों नानी है ते मैं सिखलाना तेरी भी चढ़ गया लगता रुपये हवाई चप्पा दे रहा शलवार पार्टी तू पुछ की करना भैन का रिश्ता लेना चल तो रहने मैं तेरा गल नहीं करनी ਤਾਡਾ ਵੀ ਆਣਾ ਤੇ ਪਿੱਛੇ ਚਾਰ ਬੈਠੀਆਂ ਨੇ ਘੁਮਾ ਦੇ ਕੋਲ ਚੱਲ ਹੁਣ ਇੰਜ ਨਹੀਂ ਹੁਣ ਇੰਜ ਕੰਮ ਵੇਖ ਕੋ ਮੈਂ ਯਾਰ ਮੈਂ ਸੀ ਕਨਈਏ ਤੇ ਗੁਲੂਕਾੜੀ ਠੀਕ ਹੈ ਨਾ ਹਾਂਜੀ ਉਹ ਸਾਰੀਆਂ ਪਹਿਲੇ ਆਪਣੀ ਅੜੇ ਤੇ ਸਹੀ ਕਰ ਗੁਲੂਕਾੜੀ ਮੇਰੇ ਕੋ ਸਹੀ ਹੁੰਦੀ ਨਹੀਂ ਮੇਰੇ ਬਚਪਨ ਤੋਂ ਖਰਾਬ ਹੈ ਬਚਪਨ ਤੋਂ ਹੋਣੀ ਆ ਬਚਪਨ ਤੋਂ ਤੇ ਜ਼ਬਾਨ ਨਾਲ ਭੈਣ ਨਿਕਲਦੇ ਹੀ ਬਚਪਨ ਤੋਂ ਤੇ ਬਾਗੀ ਮੈਂ ਅੱਲਾ ਦੀ ਕਸਮੇ ਅੱਜ ਨਵੀਂ ਕੋ ਗੱਲ ਕਰ ਤੇ ਚੰਗੀ ਹੋਵੇ ਠੀਕ ਹੈ ਨਾ ਮੇਰਾ ਦਿਮਾਗ ਨਾ ਖਰਾਬ ਕਰ ਦਿਮਾਗ ਅੱਗੇ ਚਾਰ ਦਿਨ ਤੋਂ ਮੇਰਾ ਬੜਾ ਮਜ਼ਾ ਲੀਲਦਾ ਬਸ ਬਹੁਤ ਹੋ ਗਈ ਗੱਲ ਕਰ ਬਸ ਅੱਡਾ ਤੋਂ ਰਹਿ ਗਿਆ ਹਾੜ ਬੜੀ ਕੋ ਗੱਲ ਕਰਨ ਵਾਲੀ आखरत वाली देखा है समझ आई सही मैं आई इतने गुलूकाड़ी सीख तेरी रेह सही है हाँ जी थोड़ी थोड़ी जे तेरी रे और तो कुछ भी नहीं रे दसो ये नहीं भाजी कर दे हालात
ਤੁਸੀਂ ਜੇ ਤੁਹਾਡੀ ਰੇਸ ਸਹੀ ਹੈ ਇੱਥੇ ਸਬੂਤ ਦਵੋ ਕਿ ਨਵਰਜੀ ਪੁਲ ਦੇ ਘੋੜਾ ਨਾ ਉਹਦੇ ਵੱਟੇ ਨਾ ਉਹਦਾ ਥੋੜਾ ਨਵਰਜੀ ਪੁਲ ਦੇ ਘੋੜਾ ਨਾ ਉਹਦੀ ਕੀ ਵੱਟੇ ਨਾ ਉਹਦੇ ਵੱਟੇ ਨਾ ਉਹਦਾ ਹੁਣ ਕਿਉਂ ਕਹਿ ਕੁਸ਼ਲ ਸਿੰਘ ਵਾ ਕਿਉਂ ਨਾ ਐਕਸਪ੍ਰੈਸ਼ਨ ਦੇ ਬੇਟਾ ਇਹ ਵਾਲੀ ਗੱਲ ਨਹੀਂ ਹੋੜੀ ਗੱਲ ਕਰ ਜਿਹੜੀ ਚੁੱਪਾ ਲਾਣੀ ਦਾ ਮੈਨੂੰ ਕਹਿ ਰਹਾ ਹੁੰਦਾ ਸੁਣਾ ਮੈਨੂੰ ਆਂਦਾ ਵੇ ਸੋਨੇ ਦੇ ਕੰਗੇ ਨਾ ਸੋਦਾ ਇੱਕੋ ਜੀ ਸੋਦਾ ਉਹ ਭਾਜੀ ਫੈਸਲਾ ਬਾਜ ਤੇ ਝੂਠ ਬੋਲ ਰਹੀ ਹਾਂ ਸੋਦਾ ਇੱਕੋ ਜੀ ਹੋ ਹੀ ਨਹੀਂ ਸਕਦਾ ਤੁਹਾਡਾ ਮਸਮੀਆਂ ਦਾ ਬੂਟਾ ਸਾਡਾ ਕੇਲਿਆਂ ਦਾ ਤੁਹਾਡੀ ਮਸਮੀਆਂ ਦੇ ਤਰੇਲੀ ਪਈ ਰਹਿੰਦੀ ਆ ਸਾਡਾ ਮੀਂਹ ਆਵੇ ਨਹਿਰੀ ਆਵੇ ਲੂੰਗਰ ਲਮਕੇ ਹੀ ਰਹਿੰਦਾ जीवन में जाने जाना एक बड़े हक का प्यार की जीवन में जाने जाना एक बड़े हक का प्यार बस हां क्यों तेरी मां ने कहना या 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 ओ किने कहना उस्ताद जी तुसी कहना है कल सच्ची मुची गाना गा रही हां बकरी दे छण वरगा मेरे ढेड़ दी तलाशी ले के ਮੈਂ ਕੀ ਕਰਨਾ ਤੈਨੂੰ ਹੁਣ ਹੋਰ ਕੀ ਕਰ ਬਸ ਹਾਂ ਤੁਸੀਂ ਭੱਲੇ ਜੇ ਗੰਦ ਕੋ ਪਾਇਆ ਪਹਿਲੇ ਮੈਨੂੰ ਇਹ ਦੱਸ ਤੁਹਾਡੀ ਮੈਂ ਨਹੀਂ ਪਾਇਆ ਜੀ ਅਸੀਂ ਤਾਂ ਸ਼ਰੀਫ ਹੀ ਪੜੇ ਆ ਤੁਸੀਂ ਇੱਡੇ ਸ਼ਰੀਫ ਹੋ ਇੱਡੇ ਸ਼ਰੀਫ ਹੋ ਤੁਸੀਂ ਤਾਂ ਨਾ ਹੀ ਨਹੀਂ ਕਰਦੇ ਆਹੋ ਤੇਰੀ ਭੈਣ ਵਾਲਾ ਹਿਸਾਬ ਏ ਓਹੋ ਬਾਜੀ ਜੀ ਬਾਕੀ ਹੋਵੇ ਤਾਂ ਗਾਣਾ ਕਰ ਦੇਣਾ ਸਮਝ ਆਈਏ ਵੱਡਾ ਦੁੜਾ ਆ ਗਿਆ ਚੱਲ ਗੱਲ ਕਰ ਦੇ ਇਦਾਂ ਹੀ ਆ ਫਿਰ ਅੱਛਾ ਸੁਣੈਣ ਜਿਹੜੀ ਗੱਲ ਹੈ ਮੈਂ ਆਹੋ ਆਹੋ ਮੱਕੀ ਮਾਰਕੀਟ ਭਾਈ ਉੱਥੇ ਗੁੱਸਾ ਭਾਜੀ ਪੈਸੇ ਨੱਚਣ ਦੇ ਹੋਰ ਆ ਭੌਂਕਣ ਦੇ ਹੋਰ ਆ ਇਹਨਾਂ ਨੂੰ ਚਾਹ ਛੜੇ ਨੇ ਦੋ ਠੁਮਕੇ ਰਾਏ ਪੈਸੇ ਫੜੇ ਹੋ ਗਈਆਂ ਇੱਥੇ ਮਿਹਨਤ ਕਰੋ ਗਲੇ ਪੜਵਾਓ ਆਹੋ ਇੱਥੇ ਭੌਂਕੋ ਕਿਵੇਂ ਭੌਂਕੀ ਦਾ ਸਹੀ ਗੱਲ ਹੈ ਭਾਈ ਤੈਨੂੰ ਕਹਿ ਰਿਹਾ ਉਹ ਭਾਜੀ ਹੁਣ ਉਮਰ ਨਹੀਂ ਉਹ ਵਟਣ ਵਾਲੀ ਹੁਣ ਹੁਣ ਕਿਹੜੀ ਉਮਰ ਗੱਲ ਕਰ ਕੱਪੜੇ ਵਾਲੀ ਜੇ ਕਹਿ ਰਹੇ ਸੁਣਾ ਦੇ ਉਹਨੂੰ ਸੁਣਾ ਦੇ ਚਾ ਸੱਚੀ ਮੁੱਚੀ ਆਹ ਮੱਕੀ ਮਾਰਕੀਟ ਗਈ ਉੱਥੋਂ ਥਾਣ ਚੌਕੇ ਪੱਟਾਂ ਚ ਲਾ ਕੇ ਤੁਰ ਪਈ ਉਹ ਬੰਦਾ ਕਹਿੰਦਾ ਬੀਬੀ ਕਿੱਧਰ ਕਹਿੰਦੀ ਮੇਰੀ ਤਬੀਅਤ ਖਰਾਬ ਆ ਉਹ ਫੈਸਲਾਬਾਦ ਦਾ ਕਹਿੰਦਾ ਸਾਲੀਏ ਤੇਰੀ ਮੀਟਰ ਦੋ ਮੀਟਰ ਨਾਲ ਠੀਕ ਨਹੀਂ ਹੁੰਦੀ ਅੱਖ ਖੁੱਲੀ ਤੇ ਦੁੱਖਾਂ ਦੇ ਜਾਲ ਵੇਖੇ ਅਸਾਂ ਹੰਡ ਦੀ ਜਿੰਦੜੀ ਦੇ ਨਾਲ ਵੇਖੇ
ਅਸਾਂ ਵੇਖਿਆ ਲੋਕ ਦਾ ਰੰਗ ਚਿੱਟਾ ਅਸਾਂ ਫੁੱਲ ਕਪਾਹ ਦੇ ਲਾਲ ਵੇਖੇ ਤੂੰ ਪੱਥਰ ਤੇ ਕੀੜੇ ਦੀ ਸੋਚ ਹੋ ਰੱਬਾ ਅਸਾਂ ਭੁੱਖਾਂ ਤੋਂ ਵੀ ਕਿਤੇ ਬਾਲ ਵੇਖੇ ਅਸਾਂ ਭੁੱਖਾਂ ਤੋਂ ਵੀ ਕਿਤੇ ਬਾਲ ਵੇਖੇ ਕਾਲੇ ਦੀ ਅੰਮੀ ਨੂੰ ਆਉਂਦੀ ਸੀ ਮੈਂ ਜਿਹੜੇ ਬਾਲ ਵੇਖੇ ਬਾਲ ਗੱਲ ਤੇ ਮੇਰੀ ਹੋ ਰਹੀ चलो पाकिस्तान पाकिस्तान बनाया कायदे आजम ने और ऐश करे हम खुदा की कसम शेर खत्म अदबी शेर है ਤੁਹਾਡੀ ਨਜ਼ਰ ਅਦਬੀ ਸ਼ੇਰ ਹੈ ਕਹਿੰਦਾ ਤੇਰੇ ਸੀਨੇ ਉੱਤੇ ਦੋ ਵਕੀਲ ਮੈਨੂੰ ਮੁਕੱਦਮਾ ਦਰਜ ਕਰਾਵਣ ਦੇ ਤੇਰੇ ਗੋਡਿਆਂ ਉੱਤੇ ਸੈਂਟਰ ਜੇਲ੍ਹ ਮੇਰਾ ਕੈਦੀ ਅੰਦਰ ਜਾਵਾਂ ਨਹੀਂ ਮੈਂ ਨਹੀਂ ਹੁੰਦੀ ਕੰਮ ਹੈਗਾ ਕਿ ਹੁਣ ਬੇਟਾ ਤੂੰ ਜਾ ਕਿੱਥੇ